ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਫਤਾਹਪੁਰ ਮੈਨੂੰ ਪਿੰਡੋਂ ਕਿਸੇ ਨੇ ਦੱਸਿਆ ਵੀ ਤੁਹਾਡੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਆ ਅਤੇ ਮੈਂ ਇੱਥੇ ਆਇਆ ਵਾਂ ਫੋਨ ਪਰ ਸਾਰੇ ਲਾਉਣ ਡਏ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਕੋਈ ਫੋਨ ਨਹੀਂ ਚੁੱਕਣ ਡਿਆ ਫਿਰ ਕੀ ਬੈਟਰੀ ਵਾਲੀ ਮੇਰੇ ਕੋਲ ਸਕੂਟਰੀ ਆ ਉਸੇ ਵੇਲੇ ਮੈਂ ਗਿਆ ਵਾਂ ਮੈਂ ਖਜਾਨੇ ਵਾਲੇ ਗਿਆ ਵਾਂ ਕਿ ਬੈਟਰੀ ਸਕੂਟਰੀ ਕਿੰਨੀ ਭੱਜਦੀ ਹੈ ਵੀ 25 ਦੀ ਸਪੀਡ 'ਤੇ ਫਿਰ ਉਸ ਫਾਇਰ ਬ੍ਰਿਗੇਡ ਵਾਲੇ ਆ ਪੁਲਿਸ ਵਾਲਿਆਂ ਨਾਕਾ ਲਾਇਆ ਇੱਥੇ ਦੇ ਉੱਤੇ ਉੱਥੇ ਨਾਕਾ ਲਾਇਆ ਮੈਂ ਇਹਨਾਂ ਨੂੰ ਆਖਿਆ ਯਾਰ ਸਾਡੀ ਅੱਗ ਲੱਗ ਗਈ ਮੈਨੂੰ ਇਹਦੇ ਕਿਸ ਤਰ੍ਹਾਂ ਲੱਗੀ ਆ ਇਹ ਆਪਣੀਆਂ ਫੋਟੋਆਂ ਲਾਉਣ ਡਿਆ ਜੀ ਕਾਰਨ ਕੀ ਕਿਸੇ ਨੇ ਸ਼ਰਾਰਤ ਕੀਤੀ ਹੈ ਜੀ ਪਤਾ ਲੱਗਣ 'ਤੇ ਅਸੀਂ ਰਿਪੋਰਟ ਕਰਾਵਾਂਗੇ ਮੈਂ ਦਰਖਾਸਤ ਦਊਂਗਾ ਨੁਕਸਾਨ ਤਾਂ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਨੁਕਸਾਨ ਬਥੇਰਾ ਹੋ ਗਿਆ ਕੀ ਦੱਸਣੇ ਹੁਣ ਤੁਹਾਨੂੰ ਕੀ ਦੱਸੀਆ ਇਹ ਤਾਂ ਹੁਣ ਕੀ ਦੱਸ ਸਕਦੇ ਹਾਂ ਵੀ ਅਸੀਂ ਕਿੰਨਾ ਆਖਦੀਏ ਅਤੇ ਬਾਕੀ ਜੋ ਕੁਛ ਹੋਇਆ ਜਿਹੜੇ ਫਾਇਰ ਬ੍ਰਿਗੇਡ ਵਾਲੇ ਆ ਇਹ ਨੰਬਰ ਨਹੀਂ ਚੁੱਕਦੇ ਇਹਦੇ ਜੀ ਮੇਰੇ ਹਿਸਾਬ ਨਾਲ ਕੋਈ ਇਹਨਾਂ ਪੁੱਛ ਲਓ ਗੁਆਂਢੀਆਂ ਨੂੰ ਮੈਂ ਨਾ ਵੀ ਗੱਲ ਨਹੀਂ ਛੱਡ ਦੋ ਮੇਰੇ ਆਉਣ ਤੋਂ 15 ਮਿੰਟ ਬਾਅਦ ਪਹੁੰਚ ਗਏ ਕੋਈ ਗੱਲ ਨਹੀਂ ਕੋਈ ਫਾਇਰ ਬ੍ਰਿਗੇਡ ਵਾਲੇ ਨੰਬਰ ਹੀ ਨਹੀਂ ਚੁੱਕਣ ਦਾ ਫਿਰ ਉਹ ਮੈਂ ਇਹਨਾਂ ਨੂੰ ਆਖਿਆ ਤੇ ਫੇਰੇ ਆਏ ਜੀ ਤੇ ਹੁਣ ਜਿਹੜੀ ਭਰਪਾਈ ਇਹਦੀ ਇਹ ਮੈਂ ਮਾਨ ਸਾਹਿਬ ਨੂੰ ਆਖੂੰਗਾ ਕਿ ਮਾਨ ਸਾਹਿਬ ਮਾੜਾ ਮੋਟਾ ਤਿੰਨ ਚਾਵਲ ਦੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਉਹ ਆਪਣੇ ਆਪ ਨੂੰ ਰੱਬ ਸਮਝਣਾ ਪੈਂਦਾ ਇਹਨਾਂ ਦੇ ਮਾੜਾ ਕੰਟਰੋਲ ਕੀਤਾ ਜਾਵੇ ਆਪਣੇ ਫੋਨ ਜਿਹੜੇ ਖੁੱਲ੍ਹੇ ਛੱਡਣ ਫੋਨ ਖੋਲੇ ਛੱਡਦੇ ਲੋਕਾਂ ਦਾ ਨੁਕਸਾਨ ਜਿਹੜਾ ਘੱਟ ਹੋਵੇ ਕੀ ਮੰਗ ਕਰਦੇ ਆ ਗਰੀਬ ਆਦਮੀ ਸਾਡੀ ਦੁਕਾਨਾਂ 'ਚ ਰਹਿਣ ਡਿਆ ਹੁਣ 6-7 ਦੁਕਾਨਾਂ ਵਾ 6-7 ਦਾ ਸਾਰਾ ਨੁਕਸਾਨ ਹੋ ਗਿਆ ਜੇ ਟਾਈਮ ਨਾਲ ਆ ਜਾਂਦੇ ਤਾਂ ਕੋਈ ਗੱਲ ਨਹੀਂ ਸੀ ਨੁਕਸਾਨ ਨਹੀਂ ਸੀ ਮਨ ਤੇ ਫਾਇਰ ਬ੍ਰਿਗੇਡ ਦੀ ਸਾਰੀ ਗਲਤੀ ਆ ਜੀ ਇਹ ਨਹੀਂ ਆਏ ਟਾਈਮ ਨਾਲ ਆ ਪੁੱਛ ਲਓ ਬੰਦਾ ਵਾ ਕਦੋਂ ਦੇ ਇੱਥੇ ਲਾਗੇ ਗੁਰਦੁਆਰੇ ਆ ਕਿੰਨਾ ਅਰੁਣ ਕੁਮਾਰ ਜੀ ਫਾਇਰਮੈਨ ਅੱਗ ਸਰ ਫਤਾਹਪੁਰ ਕਵਾੜ ਨੂੰ ਲੱਗੀ ਨਹੀਂ ਅਤੇ 3 ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਫਿਰ ਹੋਰ ਮੰਗਾਈਆਂ ਵਾ ਅੱਗ ਕੋ ਕਾਫੀ ਆ ਹੁਣ ਫਿਰ ਵੀ ਕੰਟਰੋਲ 'ਚ ਆ ਪਰ ਇਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਇਹਨਾਂ ਨੂੰ ਫੋਨ ਕਰਦੇ ਰਹੇ ਫੋਨ ਨਹੀਂ ਚੁੱਕਦੇ ਸਰ ਜਦੋਂ ਸਾਨੂੰ ਫੋਨ ਆਇਆ ਆਪਾਂ ਉਸੇ ਵੇਲੇ ਆ ਗਏ ਇੱਥੇ ਆ ਤੁਹਾਡੇ ਸਾਹਮਣੇ ਆ ਤੀਜੀ ਗੱਡੀ ਲੱਗ ਗਈ ਹੁਣ ਇੱਕ ਗੱਡੀ ਚੜ ਗਈ ਆ ਜਾਂ ਤੀਜੀ ਗੱਡੀ ਲੱਗੀ ਆ ਉਧਰੋਂ ਸੇਵਾ ਸਮਿਤੀ ਦੀ ਗੱਡੀ ਵੀ ਲੱਗੀ ਆ ਥੱਲੇ ਹੋਰ ਵੀ ਫੋਨ ਕੀਤਾ ਹੋਰ ਗੱਡੀਆਂ ਆ ਰਹੀਆਂ ਜਿਹਨਾਂ ਦੀ ਲੋੜ ਪਏਗੀ ਆਪਾਂ ਕਿੰਨੀ ਦੇਰ ਬਾਅਦ ਸਾਨੂੰ ਸਰ ਜਦੋਂ ਫੋਨ ਆਇਆ ਆਪਾਂ ਉਸੇ ਵੇਲੇ ਆ ਗਏ ਇਹਨਾਂ ਦਾ ਦੁਕਾਨਦਾਰ ਦਾ ਕਹਿਣਾ ਆ ਕਿ ਇਹਨਾਂ ਨੇ 1 ਘੰਟਾ ਫੋਨ ਹੀ ਨਹੀਂ ਨਹੀਂ ਸਰ ਸਾਨੂੰ ਜਦੋਂ ਟੋਣਾ ਆ ਗਏ ਜੜਕੀ ਫੋਨ ਚੁੱਕਣ ਡਿਊਟੀ ਹੋਰ ਕਿਸੇ ਦੀ ਆ ਫੋਨ ਜਿਹੜਾ ਤੁਹਾਡਾ ਸਾਨੂੰ ਉੱਥੋਂ ਕਾਲ ਲਈ ਤੇ ਆਪਾਂ ਸਾਡਾ ਫਿਰ ਅੱਗੋਂ ਕੰਮ ਹੈ ਆਪਾਂ ਆ ਗਏ ਉਸ ਵੇਲੇ ਆਪਾਂ ਦੇ ਮੌਕੇ 'ਤੇ ਆ ਗਏ ਤੁਹਾਡੇ ਸਾਹਮਣੇ ਹੁਣ ਅੱਗੇ ਦੇ ਕਿੱਦਾਂ ਕੰਟਰੋਲ ਪਾਇਆ ਹੁਣ ਤੁਹਾਡੇ ਸਾਹਮਣੇ ਲੱਗੇ ਆ ਤੀਜੀ ਗੱਡੀ ਲੱਗੀ ਹੋਰ 2 ਗੱਡੀਆਂ ਹੋਰ ਆ ਰਹੀਆਂ